ਸਾਜਨ ਬਾਦ ਸਾਡੇ ਸ਼ਹਿਰ ਚ ਆਇਆ ਜਰਾ ਇੰਨੀ ਕੋ ਕਲੈਰ ਕਰੋ ਪਤਾ ਲੱਗੇ ਕੋਈ ਨਾਲ ਅੱਜ ਵੀ ਜਾਗਣ ਡਿਆ ਜਰਾ ਠੰਡੀ ਚੀਜ਼ ਲੈ ਕੇ ਆ ਆਪਣੇ ਆਪੇ ਨੂੰ ਲੈ ਕੇ ਆ ਗਿਆ ਇਹਨੂੰ ਇਹਦੀ ਮਾਰ ਗਿਆ ਨਾ ਆਪਣੇ ਆਪੇ ਨੂੰ ਲੈ ਕੇ ਆ ਮੈਨੂੰ ਲੈ ਕੇ ਚਲਾ ਗਿਆ ਓਏ ਸਲੋ ਮੋਸ਼ਨ ਕੰਜਰਾ ਮੈਨੂੰ ਜੁਗਤਨਾ ਕਰੀ ਮੈਂ ਸ਼ਰੀਫ ਆਦਮੀ ਆ ਤੈਨੂੰ ਜੁਗਤਨਾ ਕਰਾ ਸਾਲਿਆ ਤੂੰ ਐਡਵੋਕੇਟ ਆ ਇਹਦੇ ਘਰ ਪੁੱਤਰ ਹੋਇਆ ਆਪਣੀ ਬੀਵੀ ਨੂੰ ਕਹਿੰਦਾ ਮੈਨੂੰ ਬੋਲ ਹੀ ਪਿਆ ਮਾਮਾ ਬੂਟੀ ਪੀਤੀ ਆ ਇਹਦੀ ਇਹਦੀ ਬਾਜੀ ਤੇ ਦੋ ਵਿਆਹ ਹੋਇਆ ਹਲੇ ਤੱਕ ਕੁਵਾਰੀ ਆ ਉਹ ਕਿਵੇਂ ਜੀ ਆਪਾਂ ਉਹਦਾ ਪਹਿਲਾ ਸ਼ੌਹਰ ਸੀ ਖੁਸਰਾ ਅੱਛਾ ਦੂਸਰਾ ਸੀ ਪਠਾਨ ਉਹ ਚਾਚਾ ਇਹਨੇ ਤਾਂ ਹੁਣੀ ਚੱਲ ਜਾਣਾ ਤੂੰ ਕੋਮੇ ਚ ਚਲਾ ਗਿਆ ਉਹ ਲੋਕਾਂ ਦੀ ਔਲਾਦ ਖਰਾਬ ਹੁੰਦੀ ਉਹ ਕਿਸੇ ਦਾ ਆਪਾ ਖਰਾਬ ਹੋਇਆ ਸ਼ੁਕਰ ਕਰ ਮੈਂ ਚਾਚੇ ਨੂੰ ਹਲਾਤਾ ਕਿਉਂ ਨਹੀਂ ਤੇ ਉਹ ਜ਼ੇਲੀ ਤੌਰ ਤੇ ਇਹਨੂੰ ਕਮਰੇ 'ਚ ਵਾੜ ਕੇ ਕੁੰਡੀ ਵੀ ਲਾਉਣ ਲੱਗਾ ਸੀ ਅੱਛਾ ਇਹ ਪੜਾਈ 'ਚ ਕਿਉਂ ਤੁਰਦਾ ਇਹ ਸਾਲੇ ਨੂੰ ਜ਼ਮੀਨ ਤਤੀ ਲੱਗਦੀ ਹੈ ਤੇਰੀ ਸੋਹਣਿਆ ਬੜੀ ਇੱਜ਼ਤ ਕਰਦਾ ਉਹ ਕਿਉਂ ਆ ਤੇਰੇ ਅਰਗਾ ਨਾ ਮੇਰੇ ਨਾਲ ਹੁੰਦਾ ਤੇ ਉਹਨੂੰ ਬਹੁਤਾ ਪਿਆਰ ਤੇਰਾ ਆਪਾ ਕਰਦਾ ਕਿ ਅੰਮੀ ਮੇਰਾ ਤੇ ਆਪਾ ਵੀ ਕਰਦਾ ਅੰਮੀ ਨਹੀਂ ਕਰਦੀ ਹਾਂ ਮੇਰੀ ਸੋਚਾ ਕਰਦੀ ਹੈ ਚਵਲੇ ਈਦ ਈਦ ਦੀ ਨਮਾਜ਼ ਪੜ੍ਹਨ ਗਿਆ ਮੌਲਵੀ ਸਾਹਿਬ ਕਹਿੰਦੇ ਅੱਗੇ ਆ ਬਾਈ ਕਹਿੰਦਾ ਮੌਲਵੀ ਸਾਹਿਬ ਈਦ ਵਾਲੇ ਦਿਨ ਤੇ ਛੱਡ ਦਿਓ ਸਾਲੇ ਨੇ ਆਪਣਾ ਹਿਸਾਬ ਲਾਇਆ ਸਵਾ ਲੱਖ ਦਾ 125 ਲਿਆ ਤੇ ਸੱਜਾ ਇਸ਼ਾਰਾ ਹੀ ਭੰਨ ਦਿੱਤਾ ਕਿਉਂ ਮੈਂ ਕਿਹਾ ਇਹ ਕਿਉਂ ਭੰਨੇ ਕਹਿੰਦਾ ਮੈਂ ਜਾਣਾ ਹੀ ਖੱਬੇ ਹੁੰਦਾ ਕਹਿ ਕਹਿ ਇਹਦੀ ਬਾਜੀ ਨੇ ਚਾਉਂ ਚ ਖਲੋ ਕੇ ਗਾਣਾ ਗਾਇਆ ਕਿਹੜਾ ਮੁਝੇ ਰੰਗ ਦੇ ਮੁਝੇ ਰੰਗ ਦੇ ਮੁਝੇ ਰੰਗ ਦੇ ਪੂਰਾ ਮਹੱਲਾ ਆ ਕੇ ਇਕੱਠਾ ਹੋ ਗਿਆ ਉਹਦੇ ਆਲੇ ਦੁਆਲੇ ਕਿਉਂ ਤੋਤਲੀ ਸੀ ਸੱਤਵੀਂ ਮੰਜ਼ਲ ਤੇ ਬੈਠ ਕੇ ਪਾਨ ਖਾ ਰਿਹਾ ਅੱਛਾ ਤੇ ਸ਼ੋਖੀ ਕੀ ਕਰ ਰਿਹਾ ਛਾਲ ਮਾਰੇ ਬੈਠ ਤੇ ਬਾਰੀ ਚਾਵੇ ਪਚਕਾਰੀ ਬਾਰੀਆਂ ਬਾਹਰ ਛਾਲ ਮਾਰੇ ਬੈਠ ਤੇ ਬਾਰੀ ਚਾਵੇ ਪਚਕਾਰੀ ਬਾਰੀਆਂ ਬਾਹਰ ਸੱਤਵੀਂ ਅੱਠਵੀਂ ਪਚਕਾਰੀ ਤੇ ਭੁੱਲ ਗਿਆ ਬੈਡ ਤੇ ਪਚਕਾਰੀ ਮਾਰ ਕੇ ਤੇ ਆਪ ਬਾਰੀਆਂ ਬਾਹਰ ਗੱਲ ਸੁਣੋ ਜੀ ਇਹ ਮੈਨੂੰ ਬੜਾ ਸੋਹਣਾ ਲੱਗਦਾ ਇਹ ਔਰਤਾਂ ਭਲਾ ਤੇਰੇ ਕੋਲੋਂ ਕਿਉਂ ਮੁਤਾਸਰ ਹੁੰਦੀ ਹੈ ਕਿਉਂ ਆ ਤੇਰੀ ਜਸਾਮਤ ਨਾ ਕਿਸੇ ਸ਼ੈ ਨਾ ਮਿਲਦੀ ਆ ਇਹ ਬੱਕਰੀ ਨਾ ਮਿਲਦੀ ਆ ਇਹਨੂੰ ਬੱਕਰੀਆਂ ਦਾ ਖਾਂਦਾ ਸ਼ੌਕ ਆ ਮੈਂ ਆਪ ਲੈਲੇ ਰੱਖੇ ਭਾਈ ਬੜਾ ਅਰਸਾ ਇਹਨੂੰ ਮੈਂ ਪੁੱਛਿਆ ਮੇਰੀ ਧੀ ਇਹ ਬਦਤਮੀਜ਼ੀ ਨਾ ਕਰਨਾ ਕੋਈ ਉਹ ਤਾਂ ਮੈਨੂੰ ਦੱਸੀ ਜਾਂਦਾ ਸਾਲੇ ਆ ਮੈਂ ਗਾਹਕ ਆ ਧੀਆ 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 ਨਵੇਂ ਕੋ ਤੋਂ ਐਵੇਂ ਕਹੀ ਜਾਂਦਾ ਮੇਰੀ ਧੀ ਤੂੰ ਪਛਾਣ ਹੈ ਬੜਾ ਸ਼ਾਇਦ ਤੇਰੀ ਨਿਕਲਾ ਅੱਛਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਤੇਰਾ ਪਿਓ ਕੀ ਕਰਦਾ ਘੜੀਆਂ ਲਵੇਖ ਕੇ ਕਹਿੰਦਾ ਕਰਦਾ ਹੋਣਾ ਆ ਮੈਂ ਕਿਹਾ ਇਹ ਪੂਰੀ ਫੈਮਿਲੀ ਪਾਗਲ ਇਸ ਕੀ ਇੱਕ ਸਿਸਟਰ ਹੈ ਮਾਮਾ ਤੇਰੇ ਅੰਦਰ ਕੋਈ ਚੀਜ਼ ਬੈਠੀ ਹੈ ਜਿਹੜੀ ਖਿੱਚਦੀ ਹੈ ਇਸ ਕੀ ਇੱਕ ਸਿਸਟਰ ਹੈ ਉਹਦੀਆਂ ਦੋਵੇਂ ਲੱਤਾਂ ਹੀ ਨਹੀਂ ਹੈਗੀਆਂ ਨੱਚਣੋ ਫੇਰ ਨਹੀਂ ਮੁੜਦੀ ਵਿਹੜੇ 'ਚ ਲੱਗੀ ਹੁੰਦੀ ਹੈ ਸਾਲਾ ਲੱਗਦਾ ਡੱਡੂ ਨੇ ਸ਼ਰਾਬ ਪੀਤੀ ਉਹਦੀਆਂ ਲੱਤਾਂ ਟੁੱਟੀਆਂ ਨਹੀਂ ਸੁੱਤੀਆਂ
ਨੱਚਣਾ ਉਹ ਵੀ ਨਹੀਂ ਬੋਲਦੀ, ਉਹ ਵੀ ਮੇਰੇ ਚ ਗੱਲ ਨਹੀਂ ਹੁੰਦੀ ਹੈ। ਮੇਰੀ ਚੀਚੀ ਦਾ ਚੱਲਾ ਮਾਹੀ ਲਾ ਲਿਆ, ਘਰ ਜਾ ਕੇ ਸ਼ਿਕਾਇਤ ਲਾਵਾਂਗੀ। ਬੜਾ ਵੱਡਾ ਸਿੰਗਰ ਹੈ, ਕੋਠੇ ਤੇ ਚੜ ਕੇ ਗਾਣਾ ਗਾ ਰਿਹਾ। ਦੁਸ਼ਮਣ ਮਰੇ ਇਹਦੀ ਮਾਂ ਕਹਿੰਦੀ ਕਾਕਾ ਥੱਲੇ ਆ ਜਾਂ ਪਿਓ ਮਰ ਗਏ। ਥੱਲੇ ਆ ਜਾਂ ਪਿਓ ਮਰ ਗਏ, ਹਾਂ ਇਹਦੀ ਮਾਂ ਤੇ ਉਹ ਚਮੜੇ ਗੱਲਾਂ ਕਰਨ ਦੇ। ਇੱਧਰ ਵੇਖ ਜਰਾ, ਆ ਵੇਖ ਜੰਪ ਮੇਰਾ। ਇਹਨਾਂ ਦੀ ਇੱਜ਼ਤ ਕਰ, ਇਹਨਾਂ ਦੀ ਹਾਂ। ਕਿਉਂ ਤੇਰੀ ਅੰਮੀ 13 ਸਾਲ ਇਹਨਾਂ ਕਿ ਨੱਚਦੀ ਰਹੀ ਆ, ਫੇਰ ਤੂੰ ਇਹਨਾਂ ਸਾਰਿਆਂ ਦੀ ਇੱਜ਼ਤ ਕਰ। ਉਹ ਕਿਉਂ? ਤੇਰੀ ਮਾਂ ਇਹਨਾਂ ਸਾਹਮਣੇ ਨੱਚਦੀ ਰਹੀ ਆ। ਉਹ ਸ਼ਮਾ ਗੁੱਡੋ ਦਾ ਮੁੰਡਾ ਆ ਨਹੀਂ ਏ, ਓਏ ਵੇ ਕਿੱਡੀ ਸੋਹਣੀ ਟੋਪੀ ਏ। ਕਿਹਨੇ ਪਾਈ? ਤੂੰ ਪਾਈ ਏ। ਸਿੱਧੀ ਕਰਕੇ ਕਹਿ ਤੇ ਭਲਾ ਕੀ ਕਹਿੰਦੇ? ਤੂੰ ਪਾਈ ਏ। ਉਹ ਤੂੰ ਤਾਂ ਠਹਿਰ ਜਾ, ਮੈਂ ਪਾ ਦਿੰਦਾ ਪਿਛਲੇ ਨੂੰ ਕਹਿੰਦੇ ਆ। ਇਹ ਟੋਪੀ ਕਹਿੰਦੇ ਪਾਈ? ਤੂੰ ਪਾਈ ਏ, ਰਾਤੀ ਮੰਨੇ ਹੀ ਨਾ। ਆ ਮੈਂ ਤੇਰੇ ਕੋਲ ਲਾਈ ਸੀ ਯਾਰ। ਅੱਛਾ, ਇਹੋ ਜਿਹੇ ਬੰਦੇ ਸਾਰੀ ਜ਼ਿੰਦਗੀ ਇਬਾਦਤ ਕਰਦੇ ਆ, ਕਬੂਲੀਅਤ ਦੇ ਟਾਈਮ ਤੇ ਸ਼ਰਾਬ ਪੀ ਲੈਂਦੇ। ਕੀ ਬਕਵਾਸ! ਓਹ ਜਨਾਬ, ਇਹ ਖੋਜੀ ਕਿਉਂ ਲਿਆਇਓ? ਇਹ ਮੈਂ, ਇਹ ਮੇਰਾ ਪੀਸ ਹੈ। ਯੈਸ। ਓਏ ਕੋਈ ਗੱਲ ਨਹੀਂ, ਮੈਂ ਤੇ ਦਿਨੇ ਦਿਨੇ ਆਉਣਾ। ਮਾਂ ਜੀ, ਔਰਤਾਂ ਦੀ ਮੈਂ ਬੜੀ ਇੱਜ਼ਤ ਕਰਦਾ। ਓ ਕਿਵੇਂ ਹੋਇਆ ਰਮਜ਼ਾਨ? ਔਰਤਾਂ ਤੇ 3 ਰਾਤਾਂ ਬੜੀਆਂ ਭਾਰੀ ਆ। ਕਿਸ ਰਾਤ ਆਇਆ? ਪਹਿਲੀ ਚਾਂਦ ਰਾਤ ਤੇ ਦੂਜੀ ਸੁਹਾਗ ਰਾਤ ਤੇ ਤੀਜੀ ਜੁਮੇ ਰਾਤ ਦੀ ਰਾਤ। ਉਹ ਜਦੋਂ ਬੰਦਾ ਅੰਬ ਲੈ ਕੇ ਆਉਂਦਾ ਤੇ ਬੰਦੇ ਆ ਤੇ ਇੱਕੋ ਹੀ ਰਾਤ ਭਾਰੀ ਆ। ਉਹ ਕਿਹੜੀ ਆ? ਜਦੋਂ ਨਾਈ ਕਹਿੰਦਾ ਆ ਵੇਖ ਚਿੜੀ, ਉਹ ਚਿੜੀ ਦਾ ਕਹਿ ਕੇ ਕਾਂ ਵੱਢ ਦਿੰਦਾ। ਚਲ ਆਈ ਚੋਰ ਆ ਤੇ ਫੜੋ ਲੈ। ਖੂਨ ਦੇਣ ਕੇ ਆਵੇ, ਉਹਨੇ ਹਲਕਾ ਜਿਹਾ ਖੂਨ ਕੱਢਿਆ ਤੇ ਬੇਹੋਸ਼, ਉਲਟਾ 4 ਬੋਤਲਾਂ ਖੂਨ ਦੀਆਂ ਇਹਨੂੰ ਲਾ ਕੇ ਉਹਨੇ ਹੋਸ਼ ਕਰਾਈਏ, ਉੱਠ ਕੇ ਕਹਿੰਦਾ ਹੋਰ ਚਾਹੀਦਾ ਤੇ ਲਿਲੋ। ਇਹ ਵੀ ਗਿਆ ਖੂਨ ਦੇਣ, ਉਹਨਾਂ ਨੇ ਨਾਲੀ ਵੀ ਨਹੀਂ ਲਾਈ, ਖੂਨ ਬੜਾ ਨਿਕਲਿਆ। ਆ ਭਾਈ ਮੇਰਾ ਸਿਰ ਪਾਟਾ ਸੀ ਤੇ ਸਿਰ ਪਾਟਣਾ ਸੀ ਜ਼ਮੀਨ ਨਾਲ ਜੋ ਵੱਜਦਾ ਰਿਹਾ। ਉਹ ਚਾਚਾ ਕੁੜੀ ਤੇ ਚਲੀ ਗਈ, ਇਹਨੂੰ ਹਲਾ ਲਓ ਯਾਰ ਚਾਚੇ ਨੂੰ, ਇਹ ਬਹੁਤ ਹੋ ਕੇ ਸਾਡੇ ਤੇ ਨਾ ਪਰਚਾ ਕਰਾ ਦੇ। ਅੱਛਾ ਵੈਸੇ ਕਿੰਨੇ ਭੈਣ ਭਰਾ ਤੁਸੀਂ? ਹਾਂ ਕਿੰਨੇ ਭੈਣ ਭਰਾ ਹੋ? ਅਸੀਂ ਭਾਈ ਜੀ ਭੈਣ ਭਰਾ ਕਿੰਨੇ ਆ? ਹਾਂ ਇਹ ਤਾਂ ਪਤਾ ਨਹੀਂ, ਬਸ ਇੰਨਾ ਪਤਾ ਯਾਰ, ਅੱਬਾ ਦਾ ਜੂਨ ਜੁਲਾਈ ਚ ਮੈਨੂੰ 10 ਰੁਪਈਏ ਦਿੰਦਾ ਸੀ, ਮੈਨੂੰ ਕਹਿੰਦਾ ਸੀ ਬਰਫ਼ ਲੈ ਕੇ ਆ, ਮੈਂ ਬਰਫ਼ ਲੈਣ ਜਾਣਾ ਸਾਂ ਵਾਪਸ ਆਉਣਾ ਸਾਂ, ਬਰਫ਼ ਘੁਰ ਜਾਂਦੀ ਸੀ ਅੱਬਾ ਫਿਰ ਦੱਸ ਦਿੰਦਾ ਸੀ, ਮੈਂ ਬਰਫ਼ ਲੈਣ ਜਾਣਾ ਸਾਂ ਵਾਪਸ ਆਉਣਾ ਸਾਂ, ਬਰਫ਼ ਘੁਰ ਜਾਂਦੀ ਸੀ ਅੱਬਾ ਫਿਰ ਦੱਸ ਦਿੰਦਾ ਸੀ, ਮੈਂ ਬਰਫ਼ ਲੈਣ ਜਾਣਾ ਸਾਂ ਮੈਂ ਬਰਫ਼ ਲੈ ਕੇ ਆਉਣਾ ਸਾਂ ਵਾਪਸ ਘੁਰ ਜਾਂਦੀ ਸੀ ਅੱਬਾ ਫਿਰ ਦੱਸ ਦਿੰਦਾ ਸੀ। ਇਹ 12 ਬੱਲੇ ਆਉਣ ਲਗਾ ਸੀ, ਅਸੀਂ 18 ਭੈਣ ਭਰਾ ਵਾਂ। ਬੜੇ ਤਰੱਕੀ ਕੀਤੀ ਬਈ ਤੇਰੇ ਪਿਓ ਨੇ। ਤੇਰਾ ਵਿਆਹ ਹੋਇਆ? ਹਾਂ 5 ਸਾਲ ਹੋ ਗਏ। ਤੇ ਬੱਚੇ? ਕੋਈ ਵੀ ਨਾ। ਉਹ ਬਾਹਰ ਆਲਾ ਜਾ ਦਸਾਂ ਦੀ ਬਰਫ ਲਿਆ। ਐਵੇਂ ਤੇਰੇ 10 ਰੁਪਈਏ ਨੂੰ ਆਂਡੇ ਦਸਾਂ ਦੀ ਲਿਆ। ਤੂੰ ਭਾਬੀ ਇੱਥੇ ਬਾਤ ਭਾਵੇਂ ਕਿਸੇ ਦੇ ਘਰੋਂ ਲੈ ਆ। ਮੈਨੂੰ ਸ਼ੱਕ ਤੇਰੇ ਆ। ਤਤਾ 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 ਤੇਰਾ ਅੱਬੂ ਏ ਰੀਮਿਕਸ ਚ ਮੇਰਾ ਹਿਸਾਬ ਹੋਏਗਾ ਤੇ ਭਾਈ ਜੀ ਮੈਂ ਇੱਥੋਂ ਜਾਣਾ ਜੇ, ਮੈਂ ਤੁਹਾਨੂੰ ਦੱਸ ਦਿੱਤਾ। ਕੀ ਹਾਲ ਏ? ਮੈਂ ਠੀਕ ਆ।
ਮੈਂ ਵੀ ਠੀਕ ਹਾਂ। ਹੈ ਆ ਤੇ ਜਦੋਂ ਦੋਵੇਂ ਠੀਕ ਆ ਤੇ ਫਿਰ ਕੀ ਮੌਤ ਪਈ ਏ?